ਅਧਿਆਪਕ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਲੋ ਚੰਨੀ ਦੀ ਸਰਕਾਰ ਧੀਆਂ ਭੈਣਾਂ ਰੁੱਲ ਵਜਾ ਇੱਥੇ ਠੰਡ 'ਚ ਅਸੀਂ ਮਰਾਂਗੇ ਚੰਨੀ ਸਰਕਾਰ ਨੂੰ ਪਤਾ ਲੱਗੂਗਾ ਉਹਦੀਆਂ ਅੱਖਾਂ ਉਹਦੀ ਜਾਗ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਵਾ ਅਜੇ ਤੱਕ ਉਹ ਜਾਗਿਆ ਹੀ ਨਹੀਂ ਬਸ ਸਾਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲ ਰਿਹਾ ਤੇਰਾਂ ਸਾਲਾਂ ਤੋਂ ਇਹਨਾਂ ਦੇ ਸਕੂਲਾਂ 'ਚ ਕੰਮ ਕਰ ਰਹੇ ਹਾਂ ਅਤੇ ਸਿੰਗਲ ਸਿੰਗਲ ਅਸੀਂ ਟੀਚਰ ਹੈ ਪੰਜਾਹ ਪੰਜਾਹ ਸੱਠ ਸੱਠ ਬੱਚਿਆਂ ਨੂੰ ਅਸੀਂ ਖੁਦ ਸੰਭਾਲ ਰਹੇ ਹਾਂ ਤੇਈਵੇਂ ਨੰਬਰ 'ਤੇ ਸੀਗੇ ਜਿਸ ਟਾਈਮ ਅਸੀਂ ਬੱਚਿਆਂ ਨੂੰ ਪੜ੍ਹਾ ਪੜ੍ਹਾ ਕੇ ਪਹਿਲੇ ਨੰਬਰ 'ਤੇ ਪੰਜਾਬ ਲਿਆਂਦਾ ਅੱਜ ਸਾਡੇ ਵਾਲੀ ਸਰਕਾਰ ਕਹਿ ਦਿੰਦੀ ਅਸੀਂ ਇਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅਤੇ ਅੱਜ ਅਸੀਂ ਖੜ੍ਹੇ ਹਾਂ ਜੀ ਮੋਹਾਲੀ ਰੋਪੜ ਬਾਈਪਾਸ 'ਤੇ ਜਿੱਥੇ ਕਿ ਅੱਜ ਕੱਚੇ ਅਧਿਆਪਕਾਂ ਨੇ ਜਿਹੜਾ ਧਰਨਾ ਲੱਗਾ ਹੋਇਆ ਹੈ ਇਹਨਾਂ ਦੀ ਮੰਗ ਜਿਹੜੀ ਹੈ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਧਰਨਾ ਜਿਹੜਾ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਧਰਨਾ ਲਾਇਆ ਹੋਇਆ ਸੀ ਪਰ ਇਹਨਾਂ ਦੀਆਂ ਮੰਗਾਂ 'ਤੇ ਕੋਈ ਵਿਚਾਰ ਨਹੀਂ ਹੋ ਸਕਿਆ ਮੈਮ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਜਿਹੜੀਆਂ ਲੈ ਕੇ ਹਾਲ ਤੱਕ ਤੁਹਾਨੂੰ ਅੱਜ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੀ ਹਾਂਜੀ ਮੈਮ ਅਸੀਂ 18 ਸਾਲਾਂ ਤੋਂ ਸਕੂਲਾਂ ਵਿੱਚ ਕੰਮ ਕਰ ਰਹੇ ਹਾਂ ਅਤੇ ਸਾਡੇ ਸਾਰੇ ਟੀਚਰਾਂ ਦੀ ਤਨਖਾਹ 3500 ਤੋਂ ਲੈ ਕੇ 11000 ਦੇ ਵਿੱਚ ਵਿੱਚ ਹੈ ਸਾਰੇ ਟੀਚਰ ਪੂਰੇ ਵੈਲ ਕੁਆਲੀਫਾਈਡ ਨੇਗੇ ਅਤੇ ਸਾਡੀਆਂ ਤਨਖਾਹਾਂ ਵਿੱਚ ਨਾ ਹੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਂਦਾ ਅਤੇ ਨਾ ਹੀ ਸਾਨੂੰ ਰੈਗੂਲਰ ਕੀਤਾ ਜਾਂਦਾ ਮੈਮ ਇਸ ਤੋਂ ਪਹਿਲਾਂ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਹੈ ਮੋਹਾਲੀ ਦੇ ਦਫ਼ਤਰ ਮੂਹਰੇ ਧਰਨਾ ਲਾਇਆ ਸੀ ਕਿਤੇ ਤੁਹਾਡੇ ਨੂੰ ਸਰਕਾਰ ਵੱਲੋਂ ਕੋਈ ਵੀ ਰਿਸਪੋਂਸ ਨਹੀਂ ਮਿਲਿਆ ਉਹਦੇ ਪਰ ਹਾਂਜੀ ਮੈਮ ਵਾਅਦੇ ਬਹੁਤ ਕੀਤੇ ਜਾਂਦੇ ਆ ਮੀਟਿੰਗ 'ਤੇ ਮੀਟਿੰਗ ਪਰ ਮੀਟਿੰਗ ਵਿੱਚ ਕੋਈ ਹੱਲ ਨਹੀਂ ਕੀਤਾ ਜਾਂਦਾ ਹੈਗਾ ਮੈਮ ਅਸੀਂ 13 ਸਾਲਾਂ ਤੋਂ ਇਹਨਾਂ ਦੇ ਸਕੂਲਾਂ 'ਚ ਕੰਮ ਕਰ ਰਹੇ ਹਾਂ ਅਤੇ ਸਿੰਗਲ ਸਿੰਗਲ ਅਸੀਂ ਟੀਚਰ ਹੈ ਪੰਜਾਹ ਪੰਜਾਹ ਸੱਠ ਸੱਠ ਬੱਚਿਆਂ ਨੂੰ ਅਸੀਂ ਖੁਦ ਸੰਭਾਲ ਰਹੇ ਹਾਂ ਅਤੇ ਸਾਡੀ ਕੁਆਲੀਫਿਕੇਸ਼ਨ ਜਦੋਂ ਤੋਂ ਅਸੀਂ ਲੱਗੇ ਹਾਂ ਉਦੋਂ ਤੋਂ ਹੀ ਪੂਰੀ ਹੈ ਅਤੇ ਸਰਕਾਰਾਂ ਦੀ ਬਦੌਲਤ ਜਿਹੜਾ ਹੈ ਅਸੀਂ ਅੱਜ ਸੜਕਾਂ 'ਤੇ ਰੁਲ ਰਹੇ ਹਾਂ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਰੈਗੂਲਰ ਕਰਿਆ ਜਾਵੇ ਕਿਉਂਕਿ ਸਾਨੂੰ ਲੱਗਿਆ ਨੂੰ 18 ਤੋਂ 13 ਸਾਲ ਹੋ ਗਏ ਕਿਸੇ ਨੂੰ 13 ਹੋ ਗਏ ਕਿਸੇ ਨੂੰ 18 ਸਾਲ ਹੋ ਗਏ ਪਰ ਇਹ ਸਰਕਾਰਾਂ ਸਾਡੇ 'ਤੇ ਕੋਈ ਕੰਨ 'ਤੇ ਜੂ ਨਹੀਂ ਸਰਕਦੀ ਜਦੋਂ ਇਹਨਾਂ ਦੀ ਆਪ ਦੀਆਂ ਮੰਗਾਂ ਹੁੰਦੀਆਂ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਸਾਡੀ ਵਾਰੀ ਨੂੰ ਇਹਨਾਂ ਦੇ ਖਜ਼ਾਨੇ ਖਾਲੀ ਹੈ ਅਤੇ ਬਸ ਸਾਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲ ਰਿਹਾ ਅਤੇ ਮੈਮ ਕਿਹੜੇ ਕਿਹੜੇ ਯੂਨੀਅਨਸ ਨੇ ਜਿਹੜੇ ਅੱਜ ਇੱਥੇ ਮਿਲ ਕੇ ਧਰਨਾ ਜਿਹੜਾ ਉਹ ਲਾ ਰਹੇ ਹੋ ਤੁਸੀਂ ਇੱਥੇ ਮੈਮ ਅਸੀਂ 5 ਯੂਨੀਅਨ ਹੈ AI ਵਲੰਟੀਅਰ ਨੇ ਅਤੇ EGSC ਨੇ ਸਿੱਖਿਆ ਪ੍ਰੋਵਾਈਡਰ ਨੇ ਮਤਲਬ ਅਸੀਂ ਅੱਜ ਕੱਚੇ ਮੁਲਾਜ਼ਮਾਂ ਦੇ ਤੌਰ 'ਤੇ ਇੱਥੇ ਜਿਹੜਾ ਧਰਨਾ ਲਾ ਰਹੇ ਹਾਂ ਸਾਰੇ ਅਸੀਂ 21 ਹਾਂ ਅੱਜ ਤੋਂ ਕਈ ਸਾਲ ਪਹਿਲਾਂ ਰਿਸਪੋਂਸ ਮਿਲਿਆ ਸੀਗਾ ਇਹ ਸਰਕਾਰ ਨੇ ਜਦੋਂ ਤੋਂ ਇਹ ਸਰਕਾਰ ਆਈ ਹੈ ਇਹਨਾਂ ਨੇ ਪਹਿਲਾਂ ਵੀ ਸਾਨੂੰ ਲਾਰਾ ਲਾਇਆ ਉਦੋਂ ਕੈਪਟਨ ਸਾਹਿਬ ਆਏ ਸੀ ਉਹਨਾਂ ਨੇ ਇਹ ਕਿਹਾ ਸੀ ਜਦੋਂ ਪਹਿਲੀ ਸਾਡੀ ਕੈਬਨਿਟ ਹੋਊਗੀ ਉਹਦੇ ਵਿੱਚ ਤੁਹਾਡਾ ਜਿਹੜਾ ਮੁੱਦਾ ਆ ਉਹ ਅਸੀਂ ਰੱਖਾਂਗੇ ਔਰ ਤੁਹਾਨੂੰ ਰੈਗੂਲਰ ਕਰਾਂਗੇ ਬਰਾਬਰ ਕੰਮ ਬਰਾਬਰ ਤਨਖਾਹ ਦੀਆਂ ਸਾਡੇ ਨਾਲ ਉਹਨਾਂ ਨੇ ਪੂਰੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਤੋਂ ਮੁੱਕਰ ਗਏ ਫਿਰ ਸਰਕਾਰ ਨੇ ਗੱਲ ਹੋਈ ਕਹਿੰਦੇ ਜੀ ਤੁਸੀਂ NTT ਕਰੋ NTT ਵੀ ਕੀਤੀ ਹੈ ਹਾਲੇ ਕਿ ਹਾਇਰ ਐਜੂਕੇਸ਼ਨ ਵਾਲੇ ਵੀ ਸਾਡੇ ਅਧਿਆਪਕ ਨੇ ਇਹਨਾਂ ਨੇ ਇੱਕ ਲੋਅਰ ਕਲਾਸ ਦੀ +2 ਦੇ ਬਰਾਬਰ NTT ਕਰਵਾਈ ਉਸ ਤੋਂ ਬਾਅਦ ਸਰਕਾਰ ਮੁੱਕਰ ਗਈ ਉਹਨਾਂ ਨੇ ਫਰੈਸ਼ਰਾਂ ਨੂੰ ਵੀ ਸਾਡੇ ਵਿਰੁੱਧ ਖੜਕਾ ਕਰਵਾ ਦਿੱਤਾ ਓਪਨ ਭਰਤੀ ਕਰਵਾ ਦਿੱਤੀ ਜਦੋਂ ਕਿ ਇਹ ਕੇਵਲ ਹੱਕ ਉਹਨਾਂ ਅਧਿਆਪਕਾਂ ਦਾ ਸੀ ਜੋ ਪਿਛਲੇ 18 ਸਾਲਾਂ ਤੋਂ ਆਪਣੇ ਨਿਗੂਣੀਆਂ ਤਨਖਾਹਾਂ ਦੇ ਕੰਮ ਕਰਦੇ ਨੇ ਜਿਵੇਂ ਕਿ 3500 5500 6000 ਉਸ ਤੋਂ ਪਲੱਸ ਸੋ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਕਿਹਾ ਇਹ ਸੀ ਕਿ ਇਹ ਪੋਸਟਾਂ ਤੁਹਾਡੇ ਲਈ ਨੇ ਇਹਨਾਂ ਨੇ ਓਪਨ ਭਰਤੀ ਕਰਵਾ ਕੇ 1.5 ਲੱਖ ਲੋਕਾਂ ਨੂੰ ਭਰਤੀ ਕਰਵਾ ਆਪਣੇ ਅਪਲਾਈ ਕਰਵਾ ਕੇ ਉਹਨਾਂ ਦੇ ਪੈਸੇ ਵੀ ਖਾ ਗਈ ਅਤੇ ਜਿਹੜੇ ਬਾਕੀ ਅਧਿਆਪਕਾਂ ਨਾਲ ਵੀ ਵਾਅਦਾ ਖਿਲਾਫੀ ਕੀਤੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਸੁਰੱਖਿਆ ਜਿਹੜੀ ਉਹਦਾ ਕਾਫੀ ਸਖਤ ਪ੍ਰਬੰਧ ਜਿਹੜਾ ਇੱਥੇ ਕੀਤਾ ਗਿਆ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਅਤੇ ਬੈਰੀਕੇਡ ਪਾਰ ਕਰਦੇ ਹੀ ਉਸ ਪਾਸੇ ਵੀ ਟੀਚਰ ਜਿਹੜੇ ਨੇ ਉਹ ਕਾਫੀ ਬੈਠੇ ਨੇ ਆਪਣੀ ਮੰਗਾਂ ਮਨਵਾ ਲਏ ਅਤੇ ਇਹ ਕੱਲ੍ਹ ਇਸ ਤੋਂ ਪਹਿਲਾਂ ਜਿਹੜਾ ਸੀ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਜਿਹੜਾ ਇਹ ਧਰਨਾ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਚੱਲ ਰਿਹਾ ਸੀ ਅਤੇ ਕੱਲ੍ਹ 11 ਵਜੇ ਤੋਂ ਹੀ ਇਹ ਧਰਨਾ ਜਿਹੜਾ ਹੈ ਇੱਥੇ ਸ਼ਿਫਟ ਹੋ ਗਿਆ ਹੈ ਅਤੇ ਇਹਨਾਂ ਨੇ ਠੰਡ ਦੀ ਰਾਤ ਹੈ ਜੋ ਇੱਥੇ ਬਿਤਾਈ ਹੈ ਅਤੇ ਆਪਾਂ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਇਹਨਾਂ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਇੱਥੇ ਇਹਨਾਂ ਨੇ
ਇੱਥੇ ਸੜਕਾਂ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ। ਮੇਰਾ ਨਾਮ ਮਨਮੀਤ ਕੌਰ ਹੈ, ਮੈਂ ਸਰਕਾਰੀ ਸਕੂਲ ਵਿੱਚ ਕੱਚੇ ਅਧਿਆਪਕ ਦੇ ਤੌਰ 'ਤੇ ਡਿਊਟੀ ਨਿਭਾ ਰਹੀ ਹਾਂ ਆਪਣੀ। ਪਿਛਲੇ 2011 ਤੋਂ ਅਸੀਂ ਲੱਗੇ ਹਾਂ, ਅਜੇ ਤੱਕ ਸਰਕਾਰ ਨੇ ਸਾਨੂੰ ਕੋਈ ਵੀ ਰੈਗੂਲਰ ਨਹੀਂ ਕੀਤਾ, 6000 ਸਾਡੀ ਸੈਲਰੀ ਆ। ਅਤੇ ਮੈਡਮ, ਇਹ ਸੰਘਰਸ਼ ਜਿਹੜਾ ਆ ਤੁਹਾਡਾ ਕਦੋਂ ਤੋਂ ਤੁਸੀਂ ਸੰਘਰਸ਼ ਜਿਹੜਾ ਆ ਕਦੋਂ ਤੋਂ ਸ਼ੁਰੂ ਹੋਇਆ ਤੁਹਾਡਾ? 16 ਜੂਨ ਤੋਂ ਮੈਡਮ, 16 ਜੂਨ ਤੋਂ ਅਸੀਂ 6 ਮਹੀਨੇ ਤੋਂ ਉੱਪਰ ਹੋ ਚੱਲਿਆ ਸਾਡਾ ਧਰਨਾ ਲੱਗਾ। ਐਜੂਕੇਸ਼ਨ ਬੋਰਡ 'ਤੇ ਪਹਿਲਾਂ ਲੱਗਾ ਸੀ, ਉਹਦੇ ਅਸੀਂ ਗੇਟ ਬੰਦ ਕੀਤੇ ਆ, ਅਤੇ ਹੁਣ ਅਸੀਂ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ, ਅਤੇ ਹੁਣ ਅਸੀਂ ਇੱਥੇ ਖਰੜ ਜਾਮ ਕੀਤਾ। ਇਹ ਅਣਮਿੱਥੇ ਲਈ ਸਾਡਾ ਧਰਨਾ ਚੱਲੂਗਾ, ਜਦ ਤੱਕ ਸਾਡੀ ਸਰਕਾਰ ਕੋਈ ਰੈਗੂਲਰ ਦਾ ਸਾਨੂੰ ਨੋਟੀਫਿਕੇਸ਼ਨ ਨਹੀਂ, ਤਦ ਤੱਕ ਅਸੀਂ ਉੱਠਣਾ ਨਹੀਂ ਇੱਥੋਂ। ਰਾਤ ਵੀ ਅਸੀਂ ਇੱਥੇ ਗੁਜ਼ਾਰਾਂਗੇ, ਆਪਣੇ ਬੱਚੇ ਵੀ ਨਾਲ ਲੈ ਕੇ ਆਏ ਹੋਏ ਆ, ਇੱਥੇ ਠੰਡ 'ਚ ਅਸੀਂ ਮਰਾਂਗੇ। ਚੰਨੀ ਸਰਕਾਰ ਨੂੰ ਪਤਾ ਲੱਗੂਗਾ, ਉਹਦੀਆਂ ਅੱਖਾਂ, ਉਹਦੀ ਜਾਗ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਵਾ, ਅਜੇ ਤੱਕ ਉਹ ਜਾਗਿਆ ਹੀ ਨਹੀਂ। ਉਹ ਕਹਿੰਦਾ ਮੈਂ ਰੈਗੂਲਰ ਨਹੀਂ ਕਰ ਸਕਦਾ ਤੁਹਾਨੂੰ। ਕਿਉਂ ਨਹੀਂ ਰੈਗੂਲਰ ਕਰ ਸਕਦਾ? ਆਪਣੇ ਇਹ ਸਾਰੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇ ਸਕਦੇ, ਆਪਣੇ ਵੱਡੀਆਂ ਗੱਡੀਆਂ ਰੱਖੀਆਂ, ਸਾਡੀ ਤਨਖਾਹ 'ਤੇ ਆ ਕੇ ਇਹਨਾਂ ਨੂੰ ਬੋਝ ਲੱਗਣ ਲੱਗ ਜਾਂਦਾ। ਮੇਰਾ ਸਤਿ ਸ਼੍ਰੀ ਅਕਾਲ, ਮੇਰਾ ਨਾਮ ਦਮਨਪ੍ਰੀਤ ਕੌਰ ਹੈ, ਮੈਂ ਸਰਕਾਰੀ ਐਲੀਮੈਂਟਰੀ ਸਕੂਲ ਕਾਠਗੜ੍ਹ ਵਿੱਚ ਪੜ੍ਹਾਉਂਦੀ ਹਾਂ। ਮੈਂ 2008 ਤੋਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ। ਸਕੂਲ ਉਸ ਟਾਈਮ ਬੰਦ ਸੀ ਜਿਸ ਟਾਈਮ ਸਰਕਾਰ ਨੇ ਸਾਨੂੰ ਇਹ ਵਲੰਟੀਅਰ ਲਗਾਇਆ। ਪੰਜਾਬ ਉਸ ਟਾਈਮ 23ਵੇਂ ਨੰਬਰ 'ਤੇ ਸੀਗੇ, ਜਿਸ ਟਾਈਮ ਅਸੀਂ ਬੱਚਿਆਂ ਨੂੰ ਪੜ੍ਹਾ ਪੜ੍ਹਾ ਕੇ ਪਹਿਲੇ ਨੰਬਰ 'ਤੇ ਪੰਜਾਬ ਲਿਆਂਦਾ। ਅੱਜ ਸਾਡੇ ਵਾਰੀ ਸਰਕਾਰ ਕਹਿ ਦਿੰਦੀ ਅਸੀਂ ਇਹਨਾਂ ਨੂੰ ਪੱਕੇ ਨਹੀਂ ਕਰ ਸਕਦੇ, ਤਨਖਾਹ ਨਹੀਂ ਵਧਾ ਸਕਦੇ, ਤਾਂ ਇਹ ਭਰਤੀ ਵਿੱਚ ਕਿਹਦਾ ਦੋਸ਼ ਹੈ? ਅਸੀਂ MA BEd NTT ਕੀਤੀ ਹੋਈ ਹੈ, ਕਿਹਦਾ ਦੋਸ਼ ਹੈ? ਸਰਕਾਰਾਂ ਦਾ ਦੋਸ਼ ਹੈ ਨਾ ਭਰਤੀ ਕਰਦੀ। ਅੱਜ ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਤਨਖਾਹ ਨਹੀਂ ਵੱਧ ਸਕਦੀ, ਤੁਹਾਡੀ ਭਰਤੀ ਗਲਤ ਹੋਈ ਹੈ, ਅਤੇ ਭਰਤੀ ਦਾ ਜ਼ਿੰਮੇਵਾਰ ਕੌਣ ਹੈ? ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਤੁਸੀਂ ਸਾਰੀ ਖਰਾਬ ਕਰ ਦਿੱਤੀ ਆ। ਸਾਡਾ ਧਰਨਾ 190 ਦਿਨ ਤੋਂ ਉੱਪਰ ਹੋ ਗਿਆ, ਮੋਹਾਲੀ ਚੱਲ ਰਿਹਾ, ਅਤੇ ਇੱਥੇ ਵੀ ਖਰੜ ਕੱਲ੍ਹ ਤੋਂ ਜਾਮ ਲੱਗਿਆ ਹੋਇਆ, ਔਰ ਅਣਮਿੱਥੇ ਸਮੇਂ ਤੱਕ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਸਰਕਾਰੀ ਸਕੂਲਾਂ ਵਿੱਚ ਅਸੀਂ HT ਤੋਂ ਲੈ ਕੇ ਟੀਚਰ ਤੱਕ ਕੰਮ ਕਰ ਰਹੇ ਹਾਂ। ਇੱਕ ਸਿੰਗਲ ਟੀਚਰ ਜਿਹਨੂੰ ਇਹ ਕਹਿ ਦਿੰਦੇ ਕੱਚਾ ਅਧਿਆਪਕ ਆ, ਉਹ ਅਸੀਂ ਸਕੂਲ ਚਲਾ ਰਹੇ ਹਾਂ। ਉਹਦੇ ਵਿੱਚ ਕੋਈ ਰੈਗੂਲਰ ਟੀਚਰ ਨਹੀਂ ਭੇਜ ਰਹੇ, ਅਤੇ ਰੈਗੂਲਰ ਟੀਚਰ ਹੈ ਹੀ ਨਹੀਂ, ਅਤੇ ਅਸੀਂ ਕੰਮ ਕਰ ਰਹੇ ਹਾਂ, ਅਤੇ ਤਾਂ ਵੀ ਸਾਨੂੰ ਮੰਨਣ ਲਈ ਤਿਆਰ ਨਹੀਂ ਆ ਕਿ ਇਹ ਪੱਕਾ ਅਧਿਆਪਕ ਆ, ਅਤੇ ਨਾ ਹੀ ਸੈਲਰੀ ਦੇਣ ਲਈ ਤਿਆਰ ਆ। ਫਿਰ ਸਾਡੇ ਕੋਲ ਕੰਮ ਕਿਉਂ ਲਿਆ ਜਾ ਰਿਹਾ? BLO ਦੀ ਡਿਊਟੀ ਅਸੀਂ ਕਰ ਰਹੇ ਹਾਂ, 5ਵੀਂ ਦੇ ਪੇਪਰ ਹੋ ਰਹੇ, ਉਹਦੇ ਵਿੱਚ ਸਾਡੇ ਵਲੰਟੀਅਰ ਕੰਮ ਕਰ ਰਹੇ ਜਾ ਕੇ। ਮੇਰਾ ਨਾਮ ਬਲਜੀਤ ਕੌਰ, ਮੈਂ ਸਮਾਣਾ ਬਾਜੀਗਰ ਮਹਿਲਾ ਸਕੂਲ ਦੇ ਉੱਤੇ ਪੜ੍ਹਾਉਂਦੀ ਹਾਂ। ਸਾਨੂੰ 18 ਸਾਲ ਹੋ ਗਏ ਨੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਾਉਂਦਿਆਂ ਨੂੰ। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਕਿ ਇਹ ਟੀਚਰ ਦੂਜਿਆਂ ਟੀਚਰਾਂ ਤੋਂ ਵੱਧ ਕੰਮ ਕਰਦੇ ਨੇ, ਪਰ ਸਾਨੂੰ ਤਨਖਾਹ ਕਿਉਂ ਨਹੀਂ, ਕਿਉਂ ਸਾਨੂੰ ਪੱਕਾ ਕੀਤਾ ਜਾ ਰਿਹਾ? ਜੇ ਸਾਡੀ ਇੰਨੀ ਸਾਡੀ ਪ੍ਰੇਜ਼ ਵੀ ਕਰਦੇ ਨੇ, ਤਾਂ ਫਿਰ ਸਾਡੀ ਸੁਣਦੇ ਕਿਉਂ ਨਹੀਂ? ਪਹਿਲਾਂ ਕੈਪਟਨ ਸਰਕਾਰ ਨੇ ਨਾਰੇ ਲਾ ਕੇ ਜਾ 4.5 ਸਾਲ ਕੱਢ ਦਿੱਤੇ, ਉਦੋਂ ਪਹਿਲਾਂ 10 ਸਾਲ ਬਾਦਲ ਸਰਕਾਰ ਨੇ ਨਾਰੇ ਲਾ ਕੇ ਕੱਢ ਦਿੱਤੇ, ਹੁਣ ਜੇ ਚੰਨੀ ਸਰਕਾਰ ਕੁਛ ਦਿਨਾਂ ਵਾਸਤੇ ਪ੍ਰਾਹੁਣੀ ਬਣੀ ਆਈ ਹੈ, ਤਾਂ ਇਹ ਵੀ ਨਹੀਂ ਸੁਣ ਰਹੇ। ਇਹ ਕਹਿੰਦੇ ਤੁਹਾਡੇ ਤੁਸੀਂ ਪੱਕੇ ਹੀ ਨਹੀਂ ਹੋ ਸਕਦੇ, ਕਿਉਂ ਨਹੀਂ ਅਸੀਂ ਪੱਕੇ ਹੋ ਸਕਦੇ? ਇਹਨਾਂ ਨੇ ਸਾਡੇ NTT ਦੇ ਪੇਪਰਾਂ ਦੀ ਡੇਟ ਕੱਢੀ, ਉਹ ਇਹਨਾਂ ਨੇ ਆਪ ਸਾਡੇ ਪੇਪਰਾਂ ਉੱਤੇ ਰਿੱਟ ਪਵਾ ਕੇ ਉਹ ਸਾਡੇ ਪੇਪਰ ਕੈਂਸਲ ਕਰਾ ਕੇ ਜਿਹੜੇ ਕਿ ਉਹਨਾਂ ਦੇ ਵਿੱਚ ਇਹਨਾਂ ਨੇ ਪ੍ਰੈਸ਼ਰ ਵਾੜੇ ਕੀਤਾ। ਇਹ ਸਾਰਾ ਸਰਕਾਰ ਦਾ ਹੀ ਕੰਮ ਹੈ, ਜੋ ਕਿ ਨਾ ਟੀਚਰ ਪੇਪਰ ਲੈਣਾ ਚਾਹੁੰਦੇ ਅਤੇ ਨਾ ਹੀ ਉਹਨਾਂ ਨੂੰ ਕਿਸੇ ਨੂੰ ਨੌਕਰੀਆਂ ਦੇਣਾ ਚਾਹੁੰਦੇ ਆ। ਅਸੀਂ ਸਰਕਾਰ ਨੂੰ ਤਾਵਣੀ ਦਿੰਦੇ ਹਾਂ ਕਿ ਜਿੰਨਾ ਚਿਰ ਸਾਡਾ ਇਹ ਕੰਮ ਨਹੀਂ ਕਰਦੀ, ਅਸੀਂ ਅਣਮਿੱਥੇ ਸਮੇਂ ਲਈ ਇਸ ਖਰੜੇ ਨੂੰ ਜਾਮ ਨਾ ਰੱਖਾਂਗੇ। ਮੇਰਾ ਨਾਮ ਰਜਨੀ ਹੈ, ਅਸੀਂ ਕੱਚੇ ਮੁਲਾਜ਼ਮ ਹਾਂ, ਸਾਨੂੰ ਨੌਕਰੀ ਕਰਦੇ ਕਰਦੇ 15-16 ਸਾਲ ਹੋ ਗਏ, ਤਨਖਾਹਾਂ ਬਹੁਤ ਘੱਟ ਹੈ, 5,000, 6,000, 3,500, ਇਹਨਾਂ ਤਨਖਾਹਾਂ ਵਿੱਚ ਅਸੀਂ ਘਰ ਦਾ ਗੁਜ਼ਾਰਾ ਕਿਵੇਂ ਕਰੀਏ? ਸਾਡੇ ਬੱਚੇ ਵੱਡੇ ਕਲਾਸਾਂ 'ਚ ਹੈ, ਹਾਈ ਐਜੂਕੇਸ਼ਨ 'ਚ ਬੱਚੇ ਨੂੰ ਕਿਵੇਂ ਪ੍ਰੋਵਾਈਡ ਕਰੀਏ? ਦੱਸੋ, 6,000 'ਚ ਆਮ ਪਬਲਿਕ ਗੁਜ਼ਾਰਾ ਨਹੀਂ ਹੁੰਦਾ, ਕੱਚਾ ਮੁਲਾਜ਼ਮ ਗੁਜ਼ਾਰਾ ਕਰ ਸਕਦਾ? ਸਾਡੇ ਤੋਂ ਇਹੀ ਸਰਕਾਰ ਤੋਂ ਅਰਦਾਸ ਆ, ਸਾਨੂੰ ਜਲਦੀ ਜਲਦੀ ਪੱਕਾ ਕੀਤਾ ਜਾਵੇ। ਸਾਡੀਆਂ ਕੋਈ ਵੱਖਰੀਆਂ ਮੰਗਾਂ ਨਹੀਂ ਹੈਗੀਆਂ, ਜੋ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ, ਕੈਪਟਨ ਸਾਹਿਬ ਨੇ ਸਾਡੇ ਮੋਹਾਲੀ ਧਰਨੇ ਦੇ ਵਿੱਚ ਆਣਗੇ, ਅਤੇ ਇਹ ਕਿਹਾ ਸੀ ਤੁਹਾਨੂੰ ਮੈਂ ਆਉਂਦਿਆਂ ਪਹਿਲੀ ਕੈਬਨਿਟ ਦੇ ਵਿੱਚ ਰੈਗੂਲਰ ਕਰੂੰਗਾ, ਅਤੇ ਉਹ ਸਾਨੂੰ ਹਜੇ ਤੱਕ ਨਹੀਂ ਕੀਤਾ। ਸਰਕਾਰ ਵੀ ਲੰਘ ਗਈ, ਕੈਪਟਨ ਸਾਹਿਬ ਵੀ ਉੱਡ ਗਏ, ਹੁਣ ਚੰਨੀ ਸਾਹਿਬ ਵੀ ਸਾਨੂੰ ਕੋਈ ਬਾਂਹ ਨਹੀਂ ਫੜਨ ਡਿਆ, ਸਾਡੇ ਤੋਂ ਕੋਈ ਹੱਲ ਨਹੀਂ ਹੈਗਾ। ਸਾਨੂੰ ਵੀ ਦਿਖਦਾ ਇੱਥੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੈ ਸਾਡਾ ਕਰਕੇ, ਪਰ ਸਾਡੀ ਬਹੁਤ ਵੱਡੀ ਮਜਬੂਰੀ ਆ, ਠੀਕ ਹੈ ਨਾ, ਸਾਡੀ ਏਡੀ ਵੱਡੀ ਮਜਬੂਰੀ ਆ, ਅਸੀਂ ਆਪਣਾ ਪਰਿਵਾਰ ਨਹੀਂ ਇੰਨੇ ਦੇ ਵਿੱਚ ਪਾਲ ਸਕਦੇ, ਠੀਕ ਹੈ ਨਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਚੰਨੀ ਸਾਹਿਬ ਲੋਕਾਂ ਨੂੰ ਰੁਕ ਰੁਕ ਕੇ ਮਿਲਦੇ, ਅਸੀਂ ਤਾਂ ਉਹਦੇ ਇਲਾਕੇ 'ਚ ਆਏ, ਸਾਡੇ ਇੱਥੇ ਆ ਜਾਣਾ, ਅਸੀਂ ਕਿਹੜੀਆਂ ਇੱਥੇ ਤੋਪਾਂ ਫੜੀਆਂ, ਸਾਡੇ ਤੋਂ ਡਰ ਆਉਂਦਾ, ਜਾਂ ਅਸੀਂ ਅੱਤਵਾਦੀ ਹਾਂ, ਜਾਂ ਸਾਡੇ ਤੋਂ ਤੋਪਾਂ ਵਾ, ਅਤੇ ਸਾਡੇ ਤੋਂ ਡਰਦੇ, ਸਾਡੇ ਦੇ ਇੱਥੇ ਆਉਣ, ਅਤੇ ਸਾਡੀਆਂ ਜਿਹੜੇ ਵਾਅਦੇ ਕੀਤੇ ਸੀ ਕਾਂਗਰਸ ਸਰਕਾਰ ਨੇ ਉਹ ਸਾਡੇ ਪੂਰੇ ਕਰ ਦੇਣ, ਅਸੀਂ ਵੀ ਘਰਾਂ ਨੂੰ ਜਾਈਏ, ਸਾਡੇ ਵੀ ਨਿੱਕੇ ਨਿੱਕੇ ਬੱਚੇ ਘਰ ਡੇਕਣ ਡਏ ਨੇ, ਅਸੀਂ ਕੋਈ ਚਾਣਾ ਨਹੀਂ ਬੈਠੇ, ਕੋਈ ਇੱਥੇ ਕਹਿੰਦੇ ਤਾਂ ਹੈਗੇ ਬੈਠੇ ਆ, ਇੱਥੇ ਕੋਈ ਇੱਕ ਰਾਹ ਦੀ ਕੱਟ ਕੇ ਵਿਖਾ ਦੇ, ਠੀਕ ਹੈ ਨਾ। ਅਸੀਂ ਪਿਛਲੇ 6 ਮਹੀਨੇ ਤੋਂ ਮੋਹਾਲੀ ਧਰਨਾ ਲਾਇਆ ਵਾ, ਉੱਥੇ ਬੈਠੇ ਹਾਂ, 6 ਮਹੀਨੇ ਤੋਂ ਸਾਡਾ ਪੱਕਾ ਧਰਨਾ ਲੱਗਾ।
ਸਾਡੀਆਂ ਪਰ ਮੰਗਾਂ ਨਹੀਂ ਮੰਗਣੀਆਂ ਗਈਆਂ, ਨਾ ਰੈਗੂਲਰ ਨਾ ਕੋਈ ਤਨਖਾਹ ਵਿੱਚ ਵਾਧਾ ਕਰ ਰਹੇ ਇਹ, ਇਸ ਕਰਕੇ ਸਾਨੂੰ ਹੁਣ ਇਸ ਸੜਕਾਂ ਦੇ ਉੱਤੇ ਆਉਣਾ ਪਿਆ ਮਜਬੂਰ ਹੋ ਕੇ। ਮੈਡਮ ਇਹੀ ਬਸ ਮੀਟਿੰਗ ਕਰ ਲੈਣੀ, ਕਰ ਦਾਂਗੇ ਇੰਨੀ ਘੱਟ ਤਨਖਾਹ ਵਧਾਉਂਦੇ ਆ, 3000 ਕਹਿ ਰਹੇ ਵਧਾ ਰਹੇ ਆ, ਕੋਈ ਹੱਲ ਨਹੀਂ ਹੋ ਰਿਹਾ। ਬਸ ਮੀਟਿੰਗ ਕਹਿੰਦੇ ਆ, ਕਈ ਵੇਲੇ ਕਰਦੇ ਨਹੀਂ ਮੀਟਿੰਗ, ਆਉਂਦੇ ਆ ਸਰ ਗੱਲ ਕਰਦੇ ਨਹੀਂ, ਬਸ ਵੈਸੇ ਹੀ ਚੱਲ ਜਾਂਦੇ ਆ, ਮਤਲਬ ਮੀਟਿੰਗ ਦਾ ਵੀ ਅੱਜ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਮੈਮ ਮੇਰਾ ਨਾਮ ਹਰਿੰਦਰ ਕੌਰ ਆ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਨਾਲ ਮੈਂ ਬਿਲੋਂਗ ਕਰਦੀ ਹਾਂ। ਅਤੇ ਜਿੱਦਾਂ ਤੁਸੀਂ ਦੇਖ ਰਹੇ ਵੀ ਆਪਣੇ ਕੱਚੇ ਅਧਿਆਪਕ ਆ, ਜਿੱਦਾਂ ਸਰਕਾਰ ਵੱਲੋਂ ਸਾਡੀਆਂ ਜਿਹੜੀਆਂ ਕੋਈ ਵੀ ਜਿਹੜੀਆਂ ਮੰਗਾਂ ਆ, ਮਤਲਬ ਰੈਗੂਲਰ ਨੂੰ ਲੈ ਕੇ ਜਾਂ ਫਿਰ ਮਤਲਬ ਸਿੱਧੀ ਭਰਤੀ ਆਪਾਂ ਕਿਹਾ ਸੀਗਾ ਵੀ ਜਿਹੜੇ ਡਿਪਾਰਟਮੈਂਟ ਹੋਣੀ ਚਾਹੀਦੀ ਹੈ ਨਾ, ਮਤਲਬ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਜਿਹੜਾ ਹੁੰਗਾਰਾ ਜਿਹੜਾ ਸਾਨੂੰ ਮਤਲਬ ਹਾਂ ਪੱਖੀ ਹੁੰਗਾਰਾ ਆ ਉਹ ਨਹੀਂ ਦਿੱਤਾ ਗਿਆ ਨਾ। ਅਤੇ ਬਸ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਚਲੋ ਜੇ ਸਰਕਾਰ ਨਹੀਂ ਸਾਡੀ ਗੱਲ ਸੁਣਦੀ ਤਾਂ ਪਲੀਜ਼ ਤੁਸੀਂ ਆਪਣੇ ਮੀਡੀਆ ਕਵਰੇਜ ਦੇ ਰਾਹੀਂ ਸਾਡਾ ਮੈਸੇਜ ਇੱਕ ਪਹੁੰਚਾ ਦਿਓ ਵੀ ਨਹੀਂ ਜੇ ਆਪਣਾ ਮਤਲਬ ਹਾਂ ਪੱਖੀ ਹੁੰਗਾਰਾ ਦਿੰਦੀ ਗੌਰਮੈਂਟ, ਅਤੇ ਜਿਹੜੀਆਂ ਹੁਣ ਅਗਾਂਹ ਇਲੈਕਸ਼ਨ ਆ ਰਹੇ ਆ ਫਿਰ ਸਾਡੇ ਕੋਲ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮਤਲਬ ਕਹਿ ਲਓ ਵੋਟਾਂ ਦਾ ਮਤਲਬ ਉਹਦੇ ਵਿੱਚ ਵੀ ਸਾਡੇ ਵੱਲੋਂ ਨਕਾਰਾਤਮਕ ਹੀ ਰਹੂਗਾ ਸੋਚ। ਪਿਛਲੇ 18 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਹਾਂ, ਬਹੁਤ ਨਿਗੂਣੀਆਂ ਤਨਖਾਹ 'ਤੇ 2500 ਰੁਪਏ 'ਤੇ ਆਪਾਂ ਸ਼ੁਰੂਆਤ ਕੀਤੀ ਸੀ, ਅੱਜ ਲਗਭਗ ਕੋਈ 6000 ਕੋਈ 8000 ਰੁਪਈਆ ਲੈ ਰਿਹਾ ਔਰ ਸਾਰੇ ਵੈਲ ਕੁਆਲੀਫਾਈਡ ਆ, ETT BEd NTT। ਔਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਉਹਨੂੰ ਮੰਨਦੇ ਹੋਏ ਸਾਨੂੰ ਜਲਦ ਤੋਂ ਜਲਦ ਜਿਹੜਾ ਰੈਗੂਲਰ ਕੀਤਾ ਜਾਵੇ, ਔਰ ਜੇ ਕੋਈ ਰੈਗੂਲਰ ਕਰਨ 'ਚ ਦਿੱਕਤ ਆ ਜਿਹੜੀ ਸਾਡੀ ਤਨਖਾਹ ਦੇ ਵਿੱਚ ਆ ਉਹ ਵਾਧਾ ਕੀਤਾ ਜਾਵੇ, ਕਿਉਂਕਿ ਆਪਾਂ ਬਾਕੀ ਰੈਗੂਲਰ ਟੀਚਰਾਂ ਦੇ ਵਾਂਗ ਬਰਾਬਰ ਉਹਨਾਂ ਦੇ ਕੰਮ ਕਰਦੇ ਹਾਂ, ਜੇ ਆਪਾਂ ਬਰਾਬਰ ਕੰਮ ਕਰਦੇ ਹਾਂ ਜਿਹੜੀ ਤਨਖਾਹ ਵੀ ਸਾਨੂੰ ਬਰਾਬਰ ਦਿੱਤੀ ਜਾਵੇ। ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਪੂਰੇ ਪੰਜਾਬ ਤੋਂ ਇਕੱਠੇ ਹੋਏ ਟੀਚਰ ਜਿਹੜੇ ਨੇ ਆਪਣੀ ਮੰਗਾਂ ਨੂੰ ਮਨਵਾ ਲਿਆ, ਸੜਕਾਂ 'ਤੇ ਉਤਰ ਆਏ ਨੇ, ਅਤੇ ਇਹਨਾਂ ਨੇ ਹਾਈਵੇ ਜਿਹੜਾ ਹੈ ਰੋਪੜ ਖਰੜ ਹਾਈਵੇ ਜਿਹੜਾ ਹੈ ਉਸ 'ਤੇ ਧਰਨਾ ਲਾਇਆ ਹੋਇਆ ਹੈ। ਇਹ ਧਰਨਾ ਕੱਲ੍ਹ ਤੋਂ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕਿਹੜੀ ਸਰਕਾਰ ਜਿਹੜੀ ਹੈ ਇਹਨਾਂ ਦੀ ਮੰਗਾਂ 'ਤੇ ਗੌਰ ਕਰਦੀ ਹੈ। ਵੀਡੀਓ ਜਰਨਲਿਸਟ ਹਰਵਿੰਦਰ ਦੇ ਨਾਲ ਮੈਂ ਗੁਲਜਿੰਦਰ ਖਾਲਸ TV ਦੇ ਲਈ ਖਰੜ ਤੋਂ।